ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਸਾਡੀ ਦੁਆ ਕਿ ਸਾਡੇ ਭੈਣ ਵੀਰ ਨੂੰ ਅੱਲਾਹ ਤਾਲਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਇਸੇ ਦੁਆ ਨਾਲ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਜੀ ਕਿ ਮਾਸ਼ਾਅੱਲਾ ਮਸਜਿਦ ਪਹੁੰਚ ਚੁੱਕੇ ਹੋਏ ਹਾਂ ਜੀ, ਔਰ ਕੰਮ ਸਾਡਾ ਸ਼ੁਰੂ ਹੋ ਚੁੱਕਿਆ ਹੋਇਆ, ਔਰ ਅੱਜ ਬਹੁਤ ਹੀ ਪਿਆਰਾ ਸਾ ਗਿਫਟ ਵੀ ਆ ਰਿਹਾ ਹੋਇਆ ਜੀ ਮਸਜਿਦ ਦੇ ਵਿੱਚ। ਇਹ ਗਿਫਟ ਜਿਹੜਾ ਆ ਰਿਹਾ ਮਸਜਿਦ ਵਿੱਚ, ਇਹ ਕਿਸ ਫੈਮਿਲੀ ਨੇ ਅੱਜ ਇਹ ਗਿਫਟ ਦਿੱਤਾ ਸਾਨੂੰ, ਉਹ ਵੀ ਆਪਣੇ ਭੈਣ ਵੀਰ ਨੂੰ ਸ਼ੇਅਰ ਕਰਦੇ ਹਾਂ ਜੀ। ਔਰ ਕੰਮ ਮਾਸ਼ਾਅੱਲਾ ਸ਼ੁਰੂ ਹੋ ਚੁੱਕਿਆ ਜੀ, ਟੈਂਟ ਲੱਗ ਚੁੱਕਿਆ ਹੋਇਆ, ਪੱਖਾ ਵੀ ਆ ਗਿਆ ਹੋਇਆ, ਅਤੇ ਨਾਲ ਅੱਗੇ ਅੱਗੇ ਨਿਜ਼ਾਮ ਜਿਹੜਾ ਚੱਲਦਾ ਰਹੇਗਾ, ਕਿਉਂਕਿ ਅੱਲਾ ਪਾਕ ਦਾ ਘਰ ਬਣਾ ਰਹੇ ਹੋਏ ਹਾਂ ਜੀ, ਅਤੇ ਇਹਦੇ ਵਿੱਚ ਅੱਲਾ ਪਾਕ ਨੇ ਹੀ ਆਪਣੀ ਤਰਫੋਂ ਹੀ ਆਪਣੀ ਗੈਪ ਦੇ ਵਿੱਚੋਂ ਮਦਦ ਕਰਨੀ ਹੈ, ਅਤੇ ਸਾਡਾ ਕੰਮ ਜਿਹੜਾ ਪੂਰਾ ਹੋਣਾ। ਮਸਾਲਾ ਰੈਡੀ ਹੈ ਜੀ, ਕੰਮ ਚੱਲ ਰਿਹਾ ਹੋਇਆ, ਹੋਰ ਜਿਹੜੀ ਪਹਿਲੇ ਇੱਟ ਦੀ ਟਰੈਲੀ ਸੀਗੀ ਇਹ ਸਾਡੀ ਹੋ ਚੁੱਕੀ ਹੈ ਜੀ ਖਤਮ, ਥੋੜ੍ਹੀ ਜਿਹੀ ਇੱਟ ਪਈ ਹੈ, ਇੱਟ ਵੀ ਚੱਕਦੇ ਹਾਂ ਨਾਲ ਲੱਗਦੀ, ਉਹ ਜਿਹੜੀ ਪਰੇ ਇੱਟ ਪੁਰਾਣੀ ਪਹਿਲੇ ਪਈ ਹੋਈ ਹੈ ਉਹਨੂੰ ਵੀ ਪਾਣੀ ਲਾਉਂਦੇ, ਨਵੀਂ ਇੱਟ ਦਾ ਟੋਟਾ ਔਰ ਇੱਟ ਮਿਕਸ ਪਈ ਹੈ। ਇਹ ਸਾਹਮਣੇ ਫਰੰਟ ਵਾਲੀ ਦੀਵਾਰ 13 ਦੀ ਲੱਗਣੀ ਹੈ, ਇਹ ਦੀਵਾਰ ਇਹ ਇੱਟ ਚੱਕ ਕੇ ਸਾਰੀ ਉੱਥੇ ਲਵਾਉਂਦੇ ਹਾਂ ਜੀ। ਔਰ ਜਿਹੜੀ ਪੁਰਾਣੀ ਮਸਜਿਦ ਸੀਗੀ ਇਹਨਾਂ ਦੀ, ਪੁਰਾਣੀ ਮਸਜਿਦ ਦਾ ਕੋਈ ਸੀਨ ਇਸ ਤਰ੍ਹਾਂ, ਅਸੀਂ ਪਹਿਲੇ ਵੀ ਆਪਣੇ ਭੈਣ ਵੀ ਸ਼ੇਅਰ ਕੀਤਾ ਸੀਗਾ ਕਿ ਸਾਡੇ ਭੈਣ ਵੀ ਹੁਣ ਪਤਾ ਲੱਗ ਜਾਵੇ ਕਿ ਮਸਜਿਦ ਦਾ ਪਹਿਲੇ ਕੀ ਨਿਜ਼ਾਮ ਸੀਗਾ ਜੀ। ਇਹ ਨਿਜ਼ਾਮ ਸੀਗਾ ਬਿਲਕੁਲ ਪਹਿਲੇ ਵਕਤਾਂ ਦੀ, ਕਿਤੇ ਮਸਜਿਦ ਬਣੀ ਹੋਈ ਹੈ ਜਿਹੜੀ ਛੋਟੀ ਜਿਹੀ ਮਸਜਿਦ ਆ 5 ਮਰਲੇ ਦੇ ਵਿੱਚ, ਅਤੇ ਨੀਚੇ ਵੀ ਇੰਨੀ ਨੀਚੇ ਆ ਜੀ, 1, 2, 3, 4, 5 ਸਟੈਪ ਥੱਲੇ ਜਾ ਕੇ ਨੀਵੀਂ ਮਸਜਿਦ ਸੀ ਇਹ ਜਿਹੜੀ। ਚਲੋ ਅੱਲਾ ਪਾਕ ਦੀ ਤਰਫੋਂ ਖਾਸ ਰਹਿਮਤ ਹੋਈ ਹੈ ਜੀ, ਕਿਉਂਕਿ ਘਰ ਅੱਲਾ ਪਾਕ ਦਾ ਬਹੁਤ ਪੁਰਾਣਾ ਹੋ ਗਿਆ ਹੋਇਆ ਸੀਗਾ, ਨਿਊ ਬਣ ਰਿਹਾ ਹੋਇਆ ਔਰ ਬੜਾ ਵੀ ਬਣ ਰਿਹਾ ਹੋਇਆ ਜੀ, ਨਿਊ ਵੀ ਬਣ ਰਿਹਾ ਔਰ ਬੜਾ ਵੀ ਬਣ ਰਿਹਾ ਜੀ। ਇਹਦੇ ਵਾਸਤੇ ਸਾਰਿਆਂ ਦੀ, ਸਭ ਸਾਡੇ ਭੈਣ ਵੀ ਤਾਵਨ ਦੀ ਜ਼ਰੂਰਤ ਆ ਜੀ, ਇੱਕ ਇੱਕ ਬੰਦੇ ਦੇ ਤਾਵਨ ਦੀ ਜ਼ਰੂਰਤ ਆ, ਇਹ ਸੀਮਟ ਬਜੀ ਹਰ ਚੀਜ਼ ਜ਼ਰੂਰਤ ਆ ਜੀ। ਜਿਸ ਬੰਦੇ ਦੀ ਜਿਸ ਤਰ੍ਹਾਂ ਖੁਆਇਸ਼ ਆ, ਜਿਹੜੀ ਚੀਜ਼ ਉਹਨੇ ਮਸਜਿਦ ਵਿੱਚ ਲੈ ਕੇ ਦੇਣੀ, ਸੀਮਟ ਲੈ ਕੇ ਦੇਣਾ, ਇੱਟ ਲੈ ਕੇ ਦੇਣੀ, ਰੇਤ ਲੈ ਕੇ ਦੇਣੀ ਆ ਜੀ, ਹਰ ਬੰਦਾ ਆਪਣਾ ਆਪਣਾ ਹਿੱਸਾ ਪਾ ਸਕਦਾ ਜੀ। ਠੀਕ ਹੈ ਜੀ, ਗਰਮੀ ਅੱਜ ਫਿਰ ਹੱਦ ਤੋਂ ਜ਼ਿਆਦਾ ਗਰਮੀ ਆ ਜੀ। ਖਾਨ ਭਾਈ ਹੁਣ ਲੱਗੇ ਹੋਏ ਆ ਕੰਮ, ਅਤੇ ਆਹ ਜਿਹੜੀ ਇੱਟ ਹੈ ਪੁਰਾਣੀ ਵਾਲੀ ਪਈ ਹੈ ਇਹ ਵੀ ਕਢਵਾ ਕੇ ਉੱਥੇ ਬਾਹਰ ਕਰਵਾਉਣੀ, ਕਿਉਂਕਿ ਇੱਥੇ ਮਿੱਟੀ ਵੀ ਅਸੀਂ ਸਟਾਉਣੀ ਆ ਜੀ। ਅਗਰ ਕੋਈ ਭੈਣ ਭਾਈ ਸਾਨੂੰ ਮਿੱਟੀ ਸਟਾ ਕੇ ਦੇਣਾ ਚਾਹੇ ਫਿਲਿੰਗ ਵਾਸਤੇ, ਅਤੇ ਇਹ ਮਿੱਟੀ ਦੀਆਂ ਟਰਾਲੀਆਂ ਵੀ ਸਾਨੂੰ ਦੇ ਸਕਦੇ ਆ ਜੀ, ਕਿਉਂਕਿ ਅਸੀਂ ਫਿਲਿੰਗ ਕਰਨੀ, ਸਾਡੀ ਫਿਲਿੰਗ ਬਾਕੀ ਆ ਗਿਆ ਹੋਣੀ ਆ ਜੀ। ਹੋਰ ਕੰਮ ਜਿਹੜਾ ਕੱਲ੍ਹ ਹੋਇਆ ਸੀਗਾ ਵੀ ਆਪਣੇ ਭੈਣ ਭੈਣ ਸ਼ੇਅਰ ਕੀਤਾ ਸੀਗਾ ਕਿ ਕੱਲ੍ਹ ਇਹ ਵਾਲੀ ਦੀਵਾਰ ਲਗਾਈ ਸੀਗੀ ਜੀ, ਔਰ ਇਹ ਵਾਲੀ ਦੀਵਾਰ ਲੱਗੀ ਸੀ ਔਰ ਇੱਧਰ ਵਾਲੀ ਦੀਵਾਰ ਲੱਗੀ ਸੀਗੀ ਜੀ, ਅਤੇ ਇਹ ਬੈਕ ਸਾਈਡ ਵਾਲੀ ਦੀਵਾਰ ਸਾਡੀ ਲੱਗ ਰਹੀ ਹੋਈ ਸੀਗੀ, ਇਹ ਵਾਲੀ ਦੀਵਾਰ ਸਾਡੀ ਲੱਗ ਰਹੀ ਹੋਈ ਸੀਗੀ, ਹੁਣ ਵੀ ਇਹੀ ਦੀਵਾਰ ਦਾ ਕੰਮ ਸ਼ੁਰੂ ਹੋਇਆ ਸਾਡਾ ਜੀ। ਔਰ ਗਰਮੀ ਇੰਤਹਾ ਹੋ ਗਈ, ਗਰਮੀ ਬਹੁਤ ਜ਼ਿਆਦਾ ਗਰਮੀ ਹੈ ਜੀ। ਅੱਜ ਕਸ਼ ਭਾਈ ਨਾਲ ਆਏ ਹੋਏ ਆ, ਔਰ ਯਾਸੀਨ ਆਏ ਹੋਏ ਆ, ਦਾਦਾ ਜੀ ਵੀ ਨਾਲ ਆਏ ਆ ਜੀ। ਹਾਂਜੀ ਗਰਮੀ ਹੈ ਆ, ਸਹੀ ਕੀਤਾ ਨਾ ਟੈਂਟ ਵਾਲਾ, ਸਾਇਆ ਹੈ ਨਹੀਂ ਗਿਆ, ਚਲੋ ਥੋੜ੍ਹਾ ਸਾਇਆ ਬਣ ਗਿਆ ਇੱਥੇ। ਗਰਮੀ ਦੱਸਤਾ ਜੀ, ਫਿਰ ਬਹੁਤ ਜ਼ਿਆਦਾ ਗਰਮੀ ਹੈ ਜੀ, ਕੀ ਕਰੇ ਬੰਦਾ, ਬਾਰਿਸ਼ ਆ ਜਾਵੇ ਤਾਂ ਮੈਂ ਕਹਿੰਦਾ ਕਿਆ ਹੀ ਕਹਿੰਦੇ, ਅਗਰ ਬਾਰਿਸ਼ ਨਹੀਂ ਆਉਂਦੀ ਤਾਂ ਸਾਨੂੰ ਬਹੁਤ ਬੁਰੇ ਹਾਲਾਤ ਆ। ਇੱਟ ਦੀ ਟਰੈਲੀ ਹੋਰ ਲੈ ਕੇ ਆਉਂਦੀ ਆ, ਇੱਟ ਬੜੀ ਜ਼ਬਰਦਸਤ ਆਈ ਹੈ, ਬਸ ਸਾਰੀ ਇੱਟ ਆਉਂਦੀ, ਇੱਟ ਤੇ ਲਵਾਉਣੀ ਆ, ਇੱਟ ਵੀ ਬਹੁਤ ਜ਼ਬਰਦਸਤ ਟਰੈਲੀ ਇੱਟ ਦੀ ਆਈ ਆ ਜੀ।
ਦੋ ਜਗ੍ਹਾ ਤੇ ਅੱਧੀ ਅੱਧੀ ਲਾ ਲਓ ਇੱਥੇ, ਅੱਧੀ ਲਾ ਕੇ ਫਿਰ ਉਲੀ ਸਾਈਡ ਤੇ ਕਰ ਲਿਆ ਜੇ, ਅੱਧੀ ਲਾ ਲਓ ਤੇ ਯਾਸੀ ਨੇ ਇੱਟ ਚੈੱਕ ਕਰ, ਮੈਂ ਕਿਹਾ ਇੱਟ ਚੈੱਕ ਕਰ, ਜ਼ਬਰਦਸਤ ਇੱਟ ਆਈ ਹੈ। ਬੜੀ ਪਿਆਰੀ ਇੱਟ ਆਈ ਹੈ, ਜ਼ਬਰਦਸਤ ਇੱਟ ਆਈ ਹੈ। ਖਾਨ ਪਿੱਛੇ ਹਟ ਜਾਓ, ਉੱਪਰ ਗੇਟ ਹੀ ਨਾ ਗਿਰ ਜਾਏ ਯਾਰ। ਗੇਟ ਹੈ ਤਾਂ ਕਿਸੇ ਵਾਸਤੇ ਮੰਗਵਾਈ ਸੀ, ਲੇਕਿਨ ਲੱਗਣੀ ਅੱਲਾ ਪਾਕ ਦੇ ਘਰ ਵਿੱਚ ਸੀਗੀ। ਆਉਂਦਾ ਮੈਂ ਚਲਾ ਗਿਆ ਉਹਨੇ ਪਠਾਣਾ ਕੋਲੇ, ਕਿਉਂਕਿ ਦੇਖਿਆ ਤਾਂ ਇੱਟ ਦੀ ਟਰਾਲੀ ਬੜੀ ਸਾਫ਼ ਸੁਥਰੀ ਖੜੀ ਸੀ। ਮੈਂ ਕਿਹਾ ਬਾਈ ਕਿਸੇ ਦਾ ਕੋਲ ਸਾਨੂੰ ਇੱਟ ਦੀ ਟਰਾਲੀ ਦੇ। ਜੀ ਇੱਟ ਸਾਡੀ ਉਤਰ ਚੁੱਕੀ ਆ ਔਰ ਪੈਸੇ ਜਿਹੜੇ ਉਹ ਖਾਨ ਭਾਈ ਨੂੰ ਦੇਣ ਲੱਗੇ ਆ। ਪਿਛਲੀ ਦਫ਼ਾ ਸਾਡੀ ਜਿਹੜੀ ਇੱਟ ਦੀ ਟਰਾਲੀ ਆਈ ਸੀ ਨਾ ਜੀ, ਉਹ 39,000 ਦੀ ਆਈ ਸੀ। ਅੱਜ ਵਾਲੀ ਜਿਹੜੀ ਸਾਡੀ ਟਰਾਲੀ ਆ ਇਹ ਆਈ ਹੈ 40,000 ਦੀ। ਔਰ ਇਹ ਭਾਈ ਹੁਣ ਇਹਨੇ ਸਾਨੂੰ ਨਾਮ ਲੈਣ ਤੋਂ ਮਨਾ ਕੀਤਾ ਜੀ, ਸਿਰਫ ਸਿਆਸਤ ਭਾਈ ਇਹ ਬੜਾ ਕਿ ਤੁਸੀਂ ਵੀਡੀਓ ਬਣ ਜਾਣੀ, ਅਸੀਂ ਦੇਖ ਜਾਣੀ ਹੈ, ਲੇਕਿਨ ਸਾਡਾ ਨਾਮ ਨਹੀਂ ਲੈਣਾ। ਖਾਨ ਭਾਈ 75, 10, 15, 20, 25, 30, 35 ਕਿਉਂਕਿ ਪਹਿਲੀ ਜਿਹੜੀ ਇੱਟ ਆਈ ਆ ਉਹ ਪਹਿਲੇ ਦੀ ਨਿਸਬਤ ਇਹ ਇੱਟ ਫਰ ਕਲਾਸ ਆਈ ਆ ਜੀ। ਕੁਛ ਸਾਡੀ ਪਹਿਲੀ ਇੱਟ ਦੀ ਵੀ ਸੀ, ਉਹਨਾਂ ਨੇ ਕਿਹਾ ਸੀ ਇੱਟ ਸਾਫ਼ ਸੁਥਰੀ ਭੇਜਿਆ ਜੀ, ਲੇਕਿਨ ਉਹ ਨਹੀਂ, ਥੋੜ੍ਹਾ ਫਰਕ ਆਇਆ ਉਸ ਇੱਟ ਦੇ ਵਿੱਚ। ਅਤੇ ਹੁਣ ਇੱਟ ਅਸੀਂ ਮੰਗਵਾਈ ਆ, ਇੱਟ ਬਿਲਕੁਲ ਸਾਫ਼ ਸੁਥਰੀ, ਸੋਹਣੀ ਇੱਟ ਆਈ ਆ ਜੀ। ਇਸ ਤਰ੍ਹਾਂ ਹੀ ਆ ਜਿਵੇਂ ਬਿਲਕੁਲ ਬਰਫੀ ਦੀਆਂ ਡਲੀਆਂ ਕੱਟੀਆਂ ਹੁੰਦੀਆਂ, ਦੇਖ ਸਕਦੇ ਕਿੱਡੀ ਸਾਫ਼ ਸੁਥਰੀ ਇੱਟ ਆਈ ਆ ਜੀ। ਸਾਡੀ ਇਹੀ ਹੈ ਕਿਉਂਕਿ ਅਸੀਂ ਪਹਿਲੇ ਪਿਛਲੀ ਮਸਜਿਦ ਵਿੱਚ ਵੀ ਕੋਈ ਜਿਹੜਾ ਮਟੀਰੀਅਲ ਆ ਉਹ ਮਾੜਾ ਨਹੀਂ ਲਾਇਆ ਹੈਗਾ। ਇੱਥੇ ਵੀ ਸਾਡੀ ਕੋਸ਼ਿਸ਼ ਇਨਸ਼ਾਅੱਲਾ ਇਹੀ ਹੈ ਕਿ ਅੱਲਾ ਪਾਕ ਦੇ ਘਰ ਦੇ ਵਿੱਚ ਲਾਉਣਾ ਅਤੇ ਅੱਛਾ ਹੀ ਮਟੀਰੀਅਲ ਲਾਉਣਾ ਚਾਹੀਦਾ ਜੀ। ਔਰ ਖਾਨ ਭਾਈ ਨੂੰ ਫਿਰ ਦੁਬਾਰਾ ਅਸੀਂ ਇਹ ਤਕੀਦ ਕੀਤੀ ਹੈ ਕਿ ਖਾਨ ਭਾਈ ਮਸਜਿਦ ਦੀ ਇੱਟ ਆ ਅਤੇ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ, ਸਾਫ਼ ਸੁਥਰੀ ਇੱਟ ਲੈ ਕੇ ਆਉਣੀ ਹੈ, ਠੀਕ ਹੈ ਨਾ ਖਾਨ ਭਾਈ? ਇਨਸ਼ਾਅੱਲਾ ਅੱਲਾ ਦਾ ਘਰ ਤਿਆਰ ਹੋ ਰਿਹਾ, ਇਨਸ਼ਾਅੱਲਾ ਸੋਹਣੀ ਇੱਟ ਆਊ। ਹਾਂਜੀ, ਸੋਹਣੀ ਇੱਟ ਸਾਫ਼ ਸੁਥਰੀ ਇੱਟ ਲੈ ਕੇ ਆਉਣੀ ਹੈ, ਫਿਰ ਤਾਂ ਇਹਦੀ ਕੋਈ ਕੰਪਰੋਮਾਈਜ਼ ਨਹੀਂ ਹੈਗਾ ਵੀ ਇੱਟ ਮਰਜ਼ੀ ਨਹੀਂ ਆਉਣੀ। ਇਨਸ਼ਾਅੱਲਾ ਜ਼ਰੂਰ, ਇਨਸ਼ਾਅੱਲਾ ਮਿਹਰਬਾਨੀ, ਸ਼ੁਕਰੀਆ। ਪਹੁੰਚੇ ਹਾਂ ਜੀ ਕੰਮ ਤੋਂ ਸੀਗੇ ਅਤੇ ਕੰਮ ਤੋਂ ਫੋਨ ਗਿਆ ਕਿ ਸਾਡੇ ਚਾਚੂ ਸਰਵਰ, ਉਹਨਾਂ ਦੀ ਬਹੂ ਜਿਹੜੀ ਕਿ ਮੇਰੇ ਭੈਣ ਭੈਣ ਪਤਾ ਹੀ ਆ, ਅਸੀਂ ਸ਼ਾਦੀ ਕਰਵਾਈ ਸੀ ਤਕਰੀਬਨ 1 ਸਾਲ ਪਹਿਲੇ ਸਵਾ ਸਾਲ ਪਹਿਲੇ ਸ਼ਾਦੀ ਹੋਈ ਸੀਗੀ ਜੀ। ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਆ ਅਤੇ ਉਹਨੂੰ ਮੁਲਤਾਨ ਲੈ ਗਿਆ ਹੋਇਆ ਅਤੇ ਮੇਰਾ ਬੇਟਾ ਜਲਦੀ ਅੱਬੂ ਨੇ ਕਿਹਾ ਜੀ ਘਰ ਆ ਜਾਓ, ਮੁਲਤਾਨ ਜਾਣਾ ਜੀ। ਔਰ ਘਰ ਆਏ ਜਾਂ ਅਤੇ ਘਰ ਆਉਂਦੇ ਫਿਰ ਦੁਬਾਰਾ ਕਾਲ ਆ ਗਈ ਹੈ ਕਿ ਉਸ ਬੱਚੀ ਦੀ ਡੈਥ ਹੋ ਚੁੱਕੀ ਹੈ ਜੀ, ਜਿਹੜੀ ਕਿ ਸਾਡੇ ਚਾਚੂ ਸਰਵਰ ਦੀ ਬਹੂ ਸੀਗੀ। ਤਕਰੀਬਨ 1.5 ਸਾਲ ਪਹਿਲੇ ਉਹਦੀ ਸ਼ਾਦੀ ਹੋਈ ਸੀਗੀ ਔਰ ਸ਼ਾਦੀ ਵੀ ਸਾਰੀ ਮੇਰੇ ਥਰੂ ਹੋਈ ਸੀ, ਮੇਰੇ ਭੈਣ ਭੈਣ ਦੇਖਿਆ ਹੀ ਸੀਗਾ। ਮੈਂ ਸੀਗਾ, ਆਬਦ ਭਾਈ ਸੀਗੇ ਔਰ ਸ਼ਹਿਦ ਭਾਈ ਸੀਗੇ, 4 ਜਣੇ ਸੀਗੇ ਜੀ, 3 ਜਣੇ ਜੀ। ਔਰ ਅੱਜ ਅੱਲਾ ਪਾਕ ਨੇ ਕੱਲ੍ਹ ਉਹਨਾਂ ਨੂੰ ਬੇਟਾ ਅਤਾ ਕੀਤਾ ਸੀਗਾ ਜੀ, ਔਰ ਉਸ ਤੋਂ ਬੇਟੇ ਤੋਂ ਬਾਅਦ ਤਬੀਅਤ ਜ਼ਿਆਦਾ ਖਰਾਬ ਹੋ ਗਈ। ਤਬੀਅਤ ਖਰਾਬ ਹੋਣ ਦੀ ਵਜ੍ਹਾ ਤੋਂ ਫਿਰ ਸਾਡੇ ਫਤਿਹਪੁਰ ਵਾਲਿਆਂ ਨੇ ਲਈਏ ਸਾਡੇ ਵੱਡੇ ਹੋਸਪਿਟਲ ਭੇਜ ਦਿੱਤਾ, ਵੱਡੇ ਹੋਸਪਿਟਲ ਵਾਲਿਆਂ ਨੇ ਅੱਗੇ ਮੁਲਤਾਨ ਭੇਜ ਦਿੱਤਾ ਜੀ। ਔਰ ਉਹਦੀ ਬੱਚੀ ਦੀ ਹੋ ਚੁੱਕੀ ਹੈ ਜੀ ਡੈਥ, ਅੱਲਾ ਨੂੰ ਪਿਆਰੀ ਹੋ ਚੁੱਕੀ ਹੈ, ਉਹਨੂੰ ਲੈ ਕੇ ਆ ਰਹੇ ਆ ਵਾਪਸ ਅਤੇ ਚੱਲਦੇ ਹਾਂ ਜੀ ਉੱਧਰ, ਕਿਉਂਕਿ ਉਹ ਸਰਵਰ ਵਿਚਾਰਾ ਉਹਦਾ ਵੀ ਹਾਲਾਤ ਉਸੇ ਤਰ੍ਹਾਂ ਦੇ ਹੀ ਆ।
ਔਰ ਜਿਹੜੀ ਅੱਗੇ ਫੈਮਿਲੀ ਆ ਜਿੱਧਰੋਂ ਵੇਚੀ ਹੈ ਵਿਆਹ ਕੇ ਆਈ ਆ, ਮੇਰੇ ਭੈਣ ਵੀ ਉਹਨੇ ਦੇਖਿਆ ਸੀਗਾ, ਉਹਨਾਂ ਘਰ ਮੈਂ ਨਲਕਾ ਵੀ ਲਗਵਾਇਆ ਸੀਗਾ ਔਰ ਉਹਨਾਂ ਨੂੰ ਇੱਕ ਦਫ਼ਾ ਪੈਸੇ ਵੀ ਦਿੱਤੇ ਸੀਗੇ ਜੀ ਕੁਛ ਉਹਨਾਂ ਦੇ ਕਰਜ਼ੇ ਦੇ, ਔਰ ਨਾਲ ਉਹਨਾਂ ਨਾਲ ਇਹ ਵੀ ਦੱਸਿਆ ਸੀ ਕਿ ਉਹਨਾਂ ਨੂੰ ਇੱਕ ਕਮਰਾ ਵੀ ਬਣਾ ਕੇ ਦੇਵਾਂਗੇ। ਉਸ ਘਰ ਦੇ ਵਿੱਚੋਂ ਬੱਚੀ ਵਿਆਹ ਕੇ ਆਈ ਹੋਈ ਸੀਗੀ, ਉਹ ਵੀ ਵਿਚਾਰੇ ਬਹੁਤ ਮਾੜੇ ਆ, ਉਹ ਚਾਹੇ ਸਰਵਰ ਦੇ ਹਾਲਾਤ ਵੀ ਸਾਡੇ ਭੈਣ ਬਿਆਨ ਸਾਹਮਣੇ ਹੀ ਆ। ਚੱਲਦੇ ਹਾਂ ਚੱਲ ਕੇ ਅਤੇ ਇਹਦਾ ਸਾਰਾ ਕੋਈ ਹਿਸਾਬ ਕਿਤਾਬ ਲਗਾਉਂਦੇ ਹਾਂ ਵੀ ਕੀ ਹੋਣਾ ਚਾਹੀਦਾ ਔਰ ਕੀ ਨਹੀਂ। ਸਭ ਉੱਧਰ ਅੱਬੂ ਨਾਲ ਚੱਲਦੇ ਹਾਂ, ਅੱਬੂ ਨਾਲ ਚੱਲ ਕੇ ਅਤੇ ਉੱਧਰ ਹਿਸਾਬ ਕਿਤਾਬ ਲਾਉਂਦੇ ਹਾਂ ਵੀ ਕੀ ਹੋਣਾ ਚਾਹੀਦਾ, ਹੁਣ ਅਗਲਾ ਪ੍ਰੋਸੀਜਰ ਕੀ ਆ, ਕਿਉਂਕਿ ਉਹਨਾਂ ਦੀ ਡੈਡ ਬਾਡੀ ਲੈ ਕੇ ਬੱਚੀ ਦੀ ਉੱਤੇ ਮੁਲਤਾਨ ਤੋਂ ਨਿਕਲ ਚੁੱਕੇ ਆ ਜੀ, ਮੁਲਤਾਨ ਨਿਸ਼ਤਰ 'ਚੋਂ ਵਾਪਸ ਆ ਰਹੇ ਹੋਏ ਆ, ਔਰ ਇਹ ਆਪਣੀ ਧਰਤੀ ਵੀ ਲਗਾਉਣੀ ਆ ਜੀ ਬੱਚੀ ਨੂੰ ਤਦਫੀਨ ਕਰਨ ਦੀ। ਬਾਕੀ ਦੋ ਤਿੰਨ ਦਿਨ ਵੀਡੀਓ ਅਪਲੋਡ ਨਹੀਂ ਹੋਣੀ ਹੈਗੀ, ਅੱਜ ਵਾਲੀ ਵੀਡੀਓ 'ਤੇ ਕਰਾਂਗੇ ਇੱਥੇ ਜਾਣ। ਖੁਦਾ ਹਾਫਿਜ਼।